ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਾਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗ ਜੀ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਚੇ ਸੁੱਚੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਹਾਜ਼ਰੀਆਂ ਭਰ ਰਹੇ ਹਾਂ। ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਅੰਮ੍ਰਿਤ ਵਚਨ ਸਰਵਣ ਕੀਤੇ ਹਨ, ਜੋ ਅੱਜ ਵੀ ਜਗਿਆਸੂਆਂ ਨੂੰ ਧਰਮ ਦਾ ਰਸਤਾ, ਸੱਚ ਦਾ ਰਸਤਾ ਦਰਸਾਉਂਦੇ ਹਨ, ਜੀਵਨ ਦੀ ਜਾਂਚ ਸਿਖਾਉਂਦੇ ਹਨ। ਸੋ ਹੁਣੇ ਹੁਣੇ ਧੰਨ ਧੰਨ ਪਿਆਰੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਬਰਸੀ ਦਾ ਦਿਹਾੜਾ ਲੰਘ ਕੇ ਗਿਆ ਹੈ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਆ ਕੇ ਮਹਾਨ ਤਪ ਕੀਤਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਗਟ ਗੁਰਾਂ ਕੀ ਦੇਹ ਕਰਕੇ ਸੇਵਾ ਕੀਤੀ, ਜੋ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹਾਂ। ਸੋ ਇਹ ਮਹਾਨ ਆ ਕੇ ਬਾਬਾ ਜੀ ਨੇ ਪਰਉਪਕਾਰ ਕੀਤੇ, ਇੰਨੀ ਤਪੱਸਿਆ ਕੀਤੀ, ਸੰਗਤਾਂ ਨੇ ਤਾਂ ਬਾਬਾ ਜੀ ਨੂੰ ਨਮਸਕਾਰਾਂ ਕਰਨੀਆਂ ਹੀ ਸੀ। ਜਿਨ ਹਰ ਮਨ ਵਸਿਆ ਸੇ ਦਰ ਸੱਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਸੰਗਤਾਂ ਤਾਂ ਆਪਣੀਆਂ ਭਾਵਨਾ ਪੂਰੀਆਂ ਕਰਦੀਆਂ ਸਨ, ਬੇਅੰਤ ਬੇਨਤੀਆਂ ਕਰਨੀਆਂ, ਅਰਦਾਸਾਂ ਕਰਨੀਆਂ, ਭਾਵਨਾਵਾਂ ਪੂਰੀਆਂ ਕਰਦੀਆਂ ਸਨ। ਇੱਥੋਂ ਤੱਕ ਕਿ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਬ੍ਰਹਮ ਗੁਰੂ ਸੀ ਮਹਾਂਪੁਰਖ ਬਾਬਾ ਮਹਾਰਨਾਮ ਸਿੰਘ ਜੀ, ਉਹ ਵੀ ਬਾਬਾ ਆਨੰਦ ਸਿੰਘ ਦਾ ਬਹੁਤ ਸਤਿਕਾਰ ਕਰਦੇ ਸੀ। ਬਾਬਾ ਜੀ ਦਾ ਆਪਣਾ ਰਹਿਸ਼ ਦਾ ਤਾਂ ਜੋ ਕਮਰਾ ਸੀਗਾ, ਨੇਰ ਕੋਠੜੀ ਸੀ ਭੁੱਚੋ ਵਾਲੇ ਬਾਬਾ ਜੀ ਦੀ, ਅਤੇ ਬਾਬਾ ਆਨੰਦ ਸਿੰਘ ਨੇ ਜਦੋਂ ਜਾਣਾ ਬਾਬਾ ਜੀ ਦਾ ਆਸਣ ਟਿੱਲੇ ਦੇ ਉੱਪਰ ਲਵਾਉਣਾ ਬਾਬਾ ਜੀ ਨੇ ਸਤਿਕਾਰ ਦਾ ਕਰਕੇ। ਇੱਕ ਦਿਨ ਐਸਾ ਹੋਇਆ, ਭੁੱਚੋ ਦੀ ਇੱਕ ਥਾਣੇਦਾਰਨੀ ਮਾਈ ਜੀ ਦਾ ਨਾਮ ਦਤਾਰ ਕੌਰ ਆ ਕੇ ਭੁੱਚੋ ਵਾਲੇ ਬਾਬਾ ਜੀ ਨੂੰ ਕਹਿਣ ਲੱਗੀ, ਬਾਬਾ ਜੀ ਲੇਟੇ ਪਏ ਆ, ਕਹਿਣ ਲੱਗੇ ਬਾਬਾ ਜੀ ਸਿੱਧਾ ਨਾਂ ਲੈ ਕੇ ਬਾਬਾ ਜੀ ਦਾ ਜੋ ਇਤਿਹਾਸ 'ਚ ਲਿਖਿਆ ਦਾਸ, ਉਹ ਕਹਿਣ ਲੱਗਿਆ, ਕਹਿੰਦੀ ਆਨੰਦ ਸਿੰਘ ਜੁੱਤੀ ਪਾ ਕੇ ਟਿੱਲੇ ਦੇ ਉੱਪਰ ਘੁੰਮਦਾ ਫਿਰਦਾ। ਬਾਬਾ ਜੀ ਥੋੜ੍ਹਾ ਜਿਹਾ ਰੋਭ ਦੇ ਵਿੱਚ ਆ ਕੇ ਬੈਠ ਗਏ, ਉੱਠ ਕੇ ਕਹਿੰਦੇ ਫੇਰ ਬੋਲ ਕੀ ਕਿਹਾ। ਕਹਿੰਦੇ ਜੀ ਆਨੰਦ ਸਿੰਘ ਜੁੱਤੀ ਪਾ ਕੇ ਟਿੱਲੇ ਦੇ ਉੱਤੇ ਘੁੰਮਦਾ ਫਿਰਦਾ। ਬਾਬਾ ਜੀ ਬੜੇ ਗੁੱਸੇ ਦੇ ਵਿੱਚ ਆ ਕੇ ਕਹਿਣ ਲੱਗੇ, ਜਾਂ ਦੇਖ ਕੇ ਆ, ਕਿਤੇ ਪੈੜਾਂ ਲੱਗੀਆਂ, ਕੱਚਾ ਸੀ ਉਦੋਂ, ਜਦੋਂ ਦਾ ਕੇ ਦੇਖਿਆ ਪੈੜਾਂ ਕਿਤੇ ਵੀ ਨਹੀਂ। ਪੁੱਛੋ ਵਾਲੇ ਬਾਬਾ ਜੀ ਬਾਬਾ ਮਹਾਰਨਾਮ ਸਿੰਘ ਜੀ ਬਹੁਤ ਨਿਰਾਜ਼ ਹੋਏ, ਉਹਨੂੰ ਕਹਿਣ ਲੱਗੇ ਅੱਜ ਤੋਂ ਬਾਅਦ ਮਹਾਂਪੁਰਖਾਂ ਦਾ ਕਦੇ ਨਾਂ ਨਹੀਂ ਲੈਣਾ, ਉਹਨਾਂ ਦੇ ਪੈੜਾਂ ਤਾਂ ਕੀ ਲੱਗਣੀਆਂ ਨੇ, ਉਹਨਾਂ ਦੇ ਚਰਨ ਤਾਂ ਦੇਵੀ ਦੇਵਤੇ ਥੱਲੇ ਲੱਗਣ ਹੀ ਨਹੀਂ ਦਿੰਦੇ, ਥੱਲੇ ਹੱਥ ਰੱਖਦੇ ਆ। ਉਹਨਾਂ ਦੀ ਤਾਂ ਧੂੜੀ ਵੀ ਬਾਬਾ ਜੀ ਦੇ ਆਗਿਆ ਤੋਂ, ਆਨੰਦ ਸਿੰਘ ਦੀ ਆਗਿਆ ਤੋਂ ਬਿਨਾਂ ਲੈ ਨਹੀਂ ਸਕਦੇ ਗੇ। ਸੋ ਅੱਜ ਤੋਂ ਬਾਅਦ ਉਹਨਾਂ ਨੂੰ ਮਹਾਂਪੁਰਖ ਕਹਿਣਾ, ਉਹਨਾਂ ਦਾ ਨਾਂ ਨਹੀਂ ਲੈਣਾ। ਅਤੇ ਪੁੱਛੋ ਵਾਲੇ ਬਾਬਾ ਜੀ ਆਪ ਵੀ ਫਿਰ ਉਦੋਂ ਤੋਂ ਲੈ ਕੇ ਮਹਾਂਪੁਰਖ ਹੀ ਕਹਿਣ ਲੱਗ ਗਏ। ਅਤੇ ਬਾਬਾ ਜੀ ਨੂੰ ਫਿਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੂੰ ਕਿਹਾ, ਪੁੱਛੋ ਵਾਲੇ ਮਹਾਂਪੁਰਖ, ਤੁਸੀਂ ਇੰਨਾ ਤਪ ਕੀਤਾ, ਇੰਨਾ ਹੱਠ ਦੇ ਨਾਲ ਜਿੰਨਾ ਤੁਸੀਂ ਤਪ ਕੀਤਾ ਇੰਨਾ ਕੋਈ ਕਰ ਨਹੀਂ ਸਕਦਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੇਵਾ ਕਰਕੇ, ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹੈ। ਸਮਾਂ ਬਹੁਤ ਭਿਆਨਕ ਆ ਰਿਹਾ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਦਰਸ਼ਨ ਪ੍ਰਗਟ ਕੀਤਾ, ਹੋਰ ਕੋਈ ਕਰ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਤੋਂ ਨਾ ਕੋਈ ਵੱਡਾ ਨਾ ਕੋਈ ਬਰਾਬਰ ਹੈ, ਇਸ ਕਰਕੇ ਤੁਸੀਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਰੂਪ ਆ ਉਹ ਦੁਨੀਆਂ ਦੇ ਵਿੱਚ ਪ੍ਰਗਟ ਕਰੋ। ਸਮਾਂ ਭਿਆਨਕ ਆ ਰਿਹਾ ਹੈ, ਸੰਗਤਾਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਹੀ ਸਰੂਪ ਹੋਊ ਉਹਦਾ ਧਿਆਨ ਧਰਨਗੀਆਂ, ਉਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਿਆ ਕਰਨਗੀਆਂ।
ਫਿਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਇੱਥੇ ਆ ਕੇ ਦਰਬਾਰ ਸਜਿਆ ਹੋਇਆ, ਕੀਰਤਨ ਹੋ ਰਿਹਾ ਹੈ। ਇੱਕ ਪ੍ਰੇਮੀ ਨੇ ਜਦੋਂ ਉਦੋਂ ਦਾ ਗੁਰੂ ਨਾਨਕ ਸਾਹਿਬ ਦਾ ਸਰੂਪ ਪ੍ਰਚਲਿਤ ਸੀ ਉਹ ਲਿਆ ਕੇ ਵਿਛਾਈ ਦੇ ਉੱਤੇ ਰੱਖ ਦਿੱਤਾ। ਬਾਬਾ ਆਨੰਦ ਸਿੰਘ ਨੇ ਫਿਰ ਬਚਨ ਕੀਤੇ, ਭਾਈ ਨੱਥਾ ਸਿੰਘ ਜੀ ਜੋ ਬਾਬਾ ਜੀ ਦੇ ਸ਼ਰਧਾਲੂ ਸੀ ਜਗਰਾਉਂ ਤੋਂ, ਕਹਿੰਦੇ ਨੱਥਾ ਸਿੰਘ ਸਾਨੂੰ ਭੁੱਚੋ ਵਾਲੇ ਬਾਬਾ ਜੀ ਦਾ ਗੁਰੂ ਜੀ ਦਾ ਹੁਕਮ ਵੀ ਹੋਇਆ ਸੀ ਗੁਰੂ ਨਾਨਕ ਸਾਹਿਬ ਦਾ ਸਰੂਪ ਬਣਾਉਣਾ, ਕੋਈ ਮੁਸੱਬਰ ਦੇਖ ਜਿਹੜਾ ਕੋਈ ਬਣਾਉਂਦਾ ਹੋਵੇ ਫੋਟੋ। ਨੱਥਾ ਸਿੰਘ ਕਹਿਣ ਲੱਗਾ, ਬਾਬਾ ਜੀ ਮੇਰੇ ਗੁਆਂਢ ਦੇ ਵਿੱਚ ਹੀ ਕਾਲਾ ਸਿੰਘ ਦਾ ਮੁੰਡਾ ਭਗਤ ਸਿੰਘ ਹੈ, ਬੜੇ ਵਧੀਆ ਸਰੂਪ ਬਣਾਉਂਦਾ। ਬਾਬਾ ਜੀ ਕਹਿਣ ਲੱਗੇ ਕੱਲ੍ਹ ਨੂੰ ਲੈ ਕੇ ਆਈ, ਲੈ ਕੇ ਆਉਂਦਾ, ਕੱਲ੍ਹ ਆ ਗਏ। ਬਾਬਾ ਜੀ ਆ ਗਿਆ, ਇਹ ਮੁਸੱਬਰ ਹੈ, ਬਾਬਾ ਜੀ ਨੇ ਕੋਲੇ ਬਿਠਾ ਲਿਆ, ਉਹਦੇ ਸਰੂਪ ਉਹ ਫੜ ਲਿਆ ਜਿਹੜਾ ਗੁਰੂ ਨਾਨਕ ਸਾਹਿਬ ਦਾ ਕਿਸੇ ਨੇ ਰੱਖਿਆ ਸੀ। ਬਾਬਾ ਜੀ ਸਰੂਪ ਨੂੰ ਫੜ ਕੇ ਕਹਿੰਦੇ ਭਗਤ ਸਿੰਘ ਕਾਕਾ, ਕਹਿੰਦੇ ਕਾਕਾ ਜਿਵੇਂ ਜਿਵੇਂ ਅਸੀਂ ਉਂਗਲ ਫੇਰੀ ਜਾਂਦੇ ਹਾਂ ਸਰੂਪ ਦੇ ਉੱਤੇ, ਉਵੇਂ ਉਵੇਂ ਸਮਝ ਹੀ ਚੱਲੀ ਇਸ ਤਰ੍ਹਾਂ ਬਣਾਉਣਾ। ਬਾਬਾ ਜੀ ਖੱਬੇ ਪਾਸੇ ਗੁਰੂ ਨਾਨਕ ਸਾਹਿਬ ਦੇ ਸੱਜੇ ਪਾਸੇ ਉਂਗਲ ਫੇਰਨ ਲੱਗ ਗਏ। ਗੁਰੂ ਸਾਹਿਬਾਂ ਦਾ ਚਰਨ ਨੰਗਾ, ਚਰਨ ਦੇ ਵਿੱਚ ਪਦਮ ਹੈ, ਹੱਥ ਨੰਗਾ, ਹੱਥ ਦੇ ਵਿੱਚ ਮਾਲਾ ਫੜੀ ਹੋਈ ਹੈ। ਉੱਪਰ ਨੂੰ ਚਲੇ ਗਏ, ਗੁਰੂ ਸਾਹਿਬ ਦੇ ਨੇਤਰ ਖੁੱਲ੍ਹੇ ਨੇ, ਪਿੱਛੇ ਜੋ ਸੁਨਹਿਰੀ ਕਿਰਨਾਂ ਨੇ ਉਹ ਖੱਬੇ ਪਾਸੇ ਆ ਗਏ। ਬਾਬਾ ਜੀ ਗੁਰੂ ਸਾਹਿਬ ਦਾ ਇੱਕ ਹੱਥ ਵੀ ਗੁਪਤ ਹੈ, ਚਰਨ ਵੀ ਗੁਪਤ ਹੈ, ਉਹ ਦੇਵੀ ਦੇਵਤਿਆਂ ਵਾਸਤੇ, ਗੁਪਤ ਰੂਹਾਂ ਵਾਸਤੇ ਹੈ। ਜਿਹੜਾ ਸੱਜਾ ਚਰਨ ਹੈ ਇਹ ਦੁਨਿਆਵੀ ਲੋਕਾਂ ਵਾਸਤੇ ਹੈ। ਸਾਰਾ ਕੁਝ ਸਮਝਾਇਆ ਉਹਨੂੰ, ਐਸਾ ਕੋਈ ਕ੍ਰਿਸ਼ਮਾ ਦਿਖਾਇਆ ਗੁਰੂ ਨਾਨਕ ਸਾਹਿਬ ਨੇ, ਉਹ ਮਸਤ ਹੀ ਹੋ ਗਿਆ। ਘਰੇ ਜਾ ਕੇ ਮੰਜੇ 'ਤੇ ਬੈਠਾ ਰਿਹਾ ਕਰੇ, ਨਾ ਕੋਈ ਪ੍ਰਸ਼ਾਦਾ ਛਕੇ, ਨਾ ਕੋਈ ਗੱਲਬਾਤ ਕਰੇ, ਨਾ ਸੌਵੇਂ। ਬਾਬਾ ਉਹਨਾਂ ਦੇ ਫਿਰ ਪਿਤਾ ਜੀ ਆ ਕੇ ਕਾਲਾ ਸਿੰਘ ਕਹਿਣ ਲੱਗੇ, ਬਾਬਾ ਆਨੰਦ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਦਾ ਤੁਸੀਂ ਮੇਰੇ ਲੜਕੇ ਨੂੰ ਸਮਝਾਇਆ ਸਰੂਪ ਬਣਾਉਣ ਵਾਸਤੇ, ਉਹ ਤਾਂ ਮਸਤੀ ਹੈ ਕਿਤੇ ਪਾਗਲ ਨਾ ਹੋ ਜੇ। ਬਾਬਾ ਆਨੰਦ ਸਿੰਘ ਨੇ ਬਚਨ ਕੀਤਾ, ਨਹੀਂ ਉਹਨੂੰ ਗੁਰੂ ਨਾਨਕ ਸਾਹਿਬ ਨੇ ਝਲਕ ਦਿਖਾਈ ਹੈ, ਠੀਕ ਹੋ ਜੂਗਾ, ਥੋੜ੍ਹੇ ਦਿਨਾਂ ਠੀਕ ਹੋ ਜੂਗਾ, ਫਿਰ ਉਹ ਸਰੂਪ ਬਣਾਉਣਾ ਹੈ। 3-4 ਦਿਨਾਂ ਵਿੱਚ ਠੀਕ ਹੋ ਗਿਆ। ਫਿਰ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਨੇ ਬਚਨ ਕੀਤਾ, ਤੂੰ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਸਰੂਪ ਆ ਤੇਜ ਪ੍ਰਤਾਪ ਝੱਲ ਨਹੀਂ ਸਕਦਾ, ਤੂੰ ਅਰਦਾਸ ਕਰਕੇ ਗੁਰੂ ਨਾਨਕ ਸਾਹਿਬ ਦਾ ਸਰੂਪ ਬਣਾਉਣ ਲੱਗ ਜਾਣਾ, ਜਿਹੜਾ ਹਿੱਸਾ ਬਣਾਉਣਾ ਹੋਇਆ ਕਰੇਗਾ ਉਹਨੇ ਹਿੱਸੇ ਦੇ ਤੈਨੂੰ ਦਰਸ਼ਨ ਹੋਇਆ ਕਰਨਗੇ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਸਰੂਪ ਦਰਸ਼ਨ ਕਰਕੇ ਭਗਤ ਸਿੰਘ ਨੇ ਤਿਆਰ ਕੀਤੇ, ਜੋ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹਾਂ। ਸੋ ਇਹ ਸਹੀ ਸਰੂਪ ਆ। ਇਸ ਤਰ੍ਹਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਮਹਾਨ ਕਮਾਈ, ਇਹ ਜ਼ਿਆਦਾ ਬੋਲਣ ਦਾ ਟਾਈਮ ਨਹੀਂ ਹੁੰਦਾ। ਸੋ ਬਾਬਾ ਜੀ ਦੀਆਂ ਬੇਅੰਤ ਕਮਾਈਆਂ ਕਵਿਤਾ ਦੇ ਵਿੱਚ ਸਰਵਣ ਕਰੋ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਇਸ ਸੰਸਾਰ ਦੇ ਉੱਤੇ ਆ ਕੇ ਕਿਵੇਂ ਜਾਪ ਤਪ ਸੇਵਾ ਤਿਆਗ ਬਰਾਵ ਕਿਸ ਤਰ੍ਹਾਂ ਕੀਤਾ। ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਤੋਂ ਵਰੋਂ ਸਾਹਿਬ ਮਹਾਂਪੁਰਖ ਪਰਮ ਪੂਜਿਆ ਬਾਬਾ ਗੇਜਾ ਸਿੰਘ ਦੀ ਲਿਖੀ ਹੋਈ ਰਚਨਾ ਨੂੰ ਇਸ ਤਰ੍ਹਾਂ ਸਰਵਣ ਕਰੋ। ਇਸ ਜਗਤ ਦੇ ਅੰਦਰ ਸੀ ਜਦ ਨੇਰਾ ਛਾਇਆ ਜੀ, ਨੇਰ ਮਿਟਾਉਣੇ ਖਾਤਰ ਬਾਬਾ ਆਨੰਦ ਸਿੰਘ ਆਇਆ ਜੀ। ਸੱਚ ਦੇ ਸੂਰਜ ਚੜ ਕੇ ਕੀਤੀ ਜੋ ਰਸ਼ਨਾਈ ਜੀ, ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਸ਼ੇਰਪੁਰੇ ਵਿੱਚ ਆ ਕੇ ਕਰਨ ਲੱਗੇ ਭਗਤੀ ਜੀ, ਭਗਤੀ ਵਾਲਾ ਫੜਿਆ ਰਸਤਾ ਅਸਲ ਬਰਕਤੀ ਜੀ। ਵਿੱਚ ਉਜਾੜਾ ਵਿਚਰੇ ਨਾ ਕੋਈ ਜਗ੍ਹਾ ਬਣਾਈ ਜੀ, ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਨੀਂਦ ਭੁੱਖ ਨੂੰ ਜਿੱਤਿਆ ਤਜੇ ਕੁੱਲ ਪਦਾਰਥ ਜੀ, ਇੱਕੋ ਸਿਮਰਨ ਬਾਜੋ ਨਾ ਕੋਈ ਹੋਰ ਸਵਾਰਥ ਜੀ। ਅਕਾਲ ਪੁਰਖ ਦੀ ਇੱਕੋ ਜਾਣੋ ਓਟ ਤਕਾਈ ਜੀ,
ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਕੀਤੀ ਕਠਨ ਤਪੱਸਿਆ ਭੋਰਿਆਂ ਦੇ ਵਿੱਚ ਵੜ ਕੇ ਤੇ ਜਿੱਤ ਲਏ ਪੰਜ ਵੈਰੀ ਗਿਆਨ ਹੱਥ ਡੰਡਾ ਫੜ ਕੇ ਤੇ ਤਿਆਗੀ ਅਤੇ ਬਰਾਗੀ ਮਾਇਆ ਮਨੋ ਪਲਾਈ ਜੀ। ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਸਾਂਝਾ ਹੀ ਉਪਦੇਸ਼ ਦਿੰਦੇ ਜੋ ਚਾਰੇ ਵਰਨੀ ਜੀ, ਲੱਖਾਂ ਦੁਨੀਆਂ ਲਾਤੀ ਗੁਰੂ ਨਾਨਕ ਦੇ ਚਰਨੀ ਜੀ। ਗੁਰੂ ਨਾਨਕ ਦੀ ਫੋਟੋ ਆਪਨੇ ਸਹੀ ਲਗਾਈ ਜੀ। ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਧਾਰ ਕੇ ਖਿਮਾ ਗਰੀਬੀ ਜੋ ਜਰ ਵਸਤੂ ਨੂੰ ਜਰਿਆ, ਗੁਰੂ ਗ੍ਰੰਥ ਸਾਹਿਬ ਚੋਂ ਪ੍ਰਗਟ ਗੁਰੂ ਨਾਨਕ ਕਰਿਆ। ਪ੍ਰਗਟ ਸੇਵਾ ਕੀਤੀ ਪ੍ਰਤੱਖ ਭੋਗ ਲਵਾਈ ਜੀ। ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਚਨ ਕਮਾਏ ਜੀ, ਪ੍ਰਗਟ ਸਤਿਗੁਰ ਮਾਨਿਓ ਤੁਸੀਂ ਵਿੱਚ ਅਮਲ ਦੇ ਲਿਆਏ ਜੀ। ਜਿਤਨੀ ਵੀ ਗੁਰਬਾਣੀ ਆਪ ਦੇ ਉੱਪਰ ਕਟਾਈ ਜੀ। ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੇ ਲਾ ਦਿੱਤੇ, ਸਤਿਗੁਰ ਪਲੰਗਾਂ ਉੱਪਰ ਹੈ ਪ੍ਰਕਾਸ਼ ਕਰਾ ਦਿੱਤੇ। ਗੁਰੂ ਗ੍ਰੰਥ ਦੀ ਸੇਵਾ ਕਰਨੀ ਜੋ ਸਮਝਾਈ ਜੀ। ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਅੰਮ੍ਰਿਤ ਪਾਨ ਕਰਾਉਂਦੇ ਮਨ ਦੇ ਜੋ ਗੁਰਬਾਣੀ ਨੂੰ, ਦਿੰਦੇ ਸ਼ੁਭ ਉਪਦੇਸ਼ ਜੋ ਆਏ ਕੁੱਲ ਪ੍ਰਾਣੀ ਨੂੰ। ਲੱਖਾਂ ਦੁਨੀਆਂ ਤਾਈ ਗੁਰਮਤ ਹੈ ਦਰੜਾਈ ਜੀ। ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਪਈ ਹੋਈ ਜੋ ਦੁਨੀਆਂ ਵਿੱਚ ਭੁਲੇਖਿਆਂ ਭਰਮਾਂ ਦੇ, ਤੋੜ ਦਿੱਤੇ ਸਭ ਸੰਗਲ ਪਏ ਜੋ ਉਲਟੇ ਕਰਮਾਂ ਦੇ। ਦੁਖੀਏ ਰਾਜੀ ਕੀਤੇ ਦੇ ਕੇ ਨਾਮ ਦਵਾਈ ਜੀ। ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਸੌ ਸਾਖੀ ਦਾ ਲੇਖ ਆਪਨੇ ਪੂਰਾ ਜੋ ਕਰਿਆ, ਬਾਬਾ ਈਸ਼ਰ ਸਿੰਘ ਦੇ ਸਿਰ ਹੱਥ ਮੇਰਾ ਦਾ ਧਰਿਆ। ਨਾਨਕ ਸਰ ਦੀ ਜਿੰਨਾ ਨੇ ਠਾਠ ਬਣਾਈ ਜੀ। ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ। ਹਾਜ਼ਰੀਆਂ ਲਗਵਾਓ ਬੋਲੋ ਸੰਗਤ ਸਾਰੀ ਜੀ, ਬਾਬਾ ਆਨੰਦ ਸਿੰਘ ਧੰਨ ਕਹੋ ਸਭ ਸੰਗਤ ਸਾਰੀ ਜੀ। ਦਾਸ ਨਕੇਪਤਾ ਰਾਹੀਂ ਹਾਜ਼ਰੀ ਹੈ ਲਗਵਾਈ ਜੀ।
ਬਾਦਾਰੀ ਸਿੰਘ ਤੇਰੀ ਹੈ ਤਨ ਕੰਨ ਕਮਾਈ ਜੀ, ਬਾਬਾ ਆਨੰਦ ਸਿੰਘ ਤੇਰੀ ਹੈ ਤਨ ਧਨ ਕਮਾਈ ਜੀ।